ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਖਿਆ ਕਿ ਇਕੱਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਸ਼ਮੀਰ ਨੂੰ ਮੌਜੂਦਾ ਦਲਦਲ ਚੋਂ ਬਾਹਰ ਕੱਢ ਸਕਦੇ ਨੇ। ਮਹਿਬੂਬਾ ਮੁਫਤੀ ਦੇ ਅਨੁਸਾਰ ਹੁਣ ਪ੍ਰਧਾਨ ਮੰਤਰੀ ਮੋਦੀ ਜੋ ਵੀ ਫੈਸਲਾ ਲੈਣਗੇ ਸਮੁੱਚਾ ਦੇਸ਼ ਉਸ ਦਾ ਸਮਰਥਨ ਕਰੇਗਾ। ਮਹਿਬੂਬਾ ਨੇ ਆਖਿਆ ਕਿ ਭਾਰੀ ਤਣਾਅ ਦੇ ਦੌਰਾਨ ਬੀਤੇ ਸਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਚਾਨਕ ਹੀ ਲਾਹੌਰ ਜਾਣ ਦਾ ਕੀਤਾ ਗਿਆ ਫੈਸਲਾ ਵੀ ਉਹਨਾਂ ਦੀ ਹਿੰਮਤ ਅਤੇ ਸਮਰੱਥਾ ਦੀ ਨਿਸ਼ਾਨੀ ਹੈ ਜੋ ਕਿ ਬੇਹੱਦ ਸ਼ਲਾਘਾਯੋਗ ਹੈ।